ਪ੍ਰਸ਼ਾਸਨ ਦਾ ਕੰਮ ਹੁੰਦਾ ਕਿ ਜੇ ਕਿਤੇ ਕੋਈ ਜਥੇਬੰਦੀ ਬੰਦ ਜਾਂ ਹੜਤਾਲ ਦਾ ਸੱਦਾ ਦਿੰਦੀ ਹੈ ਤੇ ਉਹਨਾਂ ਲੋਕਾਂ ਨੂੰ ਸਮਝਾ ਕੇ ਕਾਨੂੰਨ ਦੇ ਅਨੁਸਾਰ ਰੋਕਣਾ ਤੇ ਲੋਕਾਂ ਨੂੰ ਸੁਰੱਖਿਆ ਦੇਣਾ ਕਿ ਅਫਸਰਾਂ ਵੱਲੋਂ ਹੜਤਾਲ ਵੀ ਤਾਂ ਸਰਕਾਰੀ ਕੰਮ 'ਚ ਰੋਕ ਹੈ, ਉਹਨਾਂ 'ਤੇ ਕਾਰਵਾਈ ਕੌਣ ਕਰੇਗਾ? ਤਕਰਾਰ ਲਈ ਸੰਘਰਸ਼ ਹੋ ਸਕਦਾ, 25 ਬੰਦਿਆਂ ਦੀ ਮੌਤ ਦੇ ਦੋਸ਼ੀ ਲੱਭਣ ਲਈ ਸੰਘਰਸ਼ ਨਹੀਂ ਹੋ ਸਕਦਾ। ਨਸ਼ਿਆਂ ਦੇ ਵਿੱਚ ਤੇ ਪੰਜਾਬ ਨੂੰ ਲੁੱਟਣ 'ਚ ਤੇ ਗੋਲੀ ਕਾਂਡ ਦੇ ਵਿੱਚ ਬਾਦਲ ਦੋਸ਼ੀ ਹੈ, ਪਰ ਜਦੋਂ ਆਪਣਾ ਮਤਲਬ ਨਿਕਲ ਜਾਂਦਾ ਹੈ ਫਿਰ ਕੈਪਟਨ ਅਮਰਿੰਦਰ ਸਿੰਘ ਆਪਣੀ ਯਾਰੀ ਪਗਾਉਣ ਲਈ ਇੱਕ ਪਾਸੇ ਹੋ ਜਾਂਦੇ ਆ ਤੇ ਸਾਰਾ ਪੰਜਾਬ ਇੱਕ ਪਾਸੇ। ਤਾਰੀਕ ਪੇ ਤਾਰੀਕ ਉਹਨੂੰ ਕਹੋ ਕਿ ਇੱਥੇ ਵੀ ਇਨਕੁਆਇਰੀਆਂ ਦੇ ਨਾਂ ਦੇ ਉੱਤੇ ਤਾਰੀਕ ਪੇ ਤਾਰੀਕ ਹੀ ਮਿਲ ਰਹੀ ਹੈ, ਸੋ ਪੁੱਟ ਨਲਕਾ ਤੇ ਹੋ ਜਾ ਸਰਕਾਰ ਦੁਆਲੇ ਜਿਸ ਤਰ੍ਹਾਂ ਗਦਰ ਫਿਲਮ 'ਚ ਪੁੱਟਿਆ ਸੀਗਾ। ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਜਿੱਥੇ ਕਮਲਾ ਵਿਹੜਾ ਉਹਨੂੰ ਸਮਝਾਵੇ ਕਿਹੜਾ। ਇਹ ਗੱਲ ਪੰਜਾਬ ਸਰਕਾਰ ਤੇ ਬਿਲਕੁਲ ਫਿੱਟ ਬੈਠਦੀ ਹੈ ਕਿ ਮੁਲਾਜ਼ਮ ਜਥੇਬੰਦੀਆਂ ਤਾਂ ਹੜਤਾਲ ਕਰਦੀਆਂ ਬੜੀਆਂ ਦੇਖੀਆਂ ਤੇ ਸੁਣੀਆਂ ਸੀ, ਪਰ ਮੇਰਾ ਖਿਆਲ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਸੀਨੀਅਰ ਅਫਸਰਾਂ ਵੱਲੋਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ। ਪ੍ਰਸ਼ਾਸਨ ਦਾ ਕੰਮ ਹੁੰਦਾ ਕਿ ਜੇ ਕਿਤੇ ਕੋਈ ਜਥੇਬੰਦੀ ਬੰਦ ਜਾਂ ਹੜਤਾਲ ਦਾ ਸੱਦਾ ਦਿੰਦੀ ਹੈ ਤੇ ਉਹਨਾਂ ਲੋਕਾਂ ਨੂੰ ਸਮਝਾ ਕੇ ਕਾਨੂੰਨ ਦੇ ਅਨੁਸਾਰ ਰੋਕਣਾ ਤੇ ਲੋਕਾਂ ਨੂੰ ਸੁਰੱਖਿਆ ਦੇਣਾ। ਤੇ ਇਹ ਬੰਦ ਕਰਾਇਆ ਗਿਆ ਡਿਪਟੀ ਕਮਿਸ਼ਨਰ ਸ਼੍ਰੀ ਵਿਪਲ ਉਜਵਲ ਤੇ ਸਾਰ ਸਿਮਰਨਜੀਤ ਸਿੰਘ ਬੈਂਸ ਦੀ ਹੋਈ ਤਕਰਾਰ ਨੂੰ ਲੈ ਕੇ। ਇੱਥੇ ਮੈਂ ਵੀ ਕਹਿਣਾ ਚਾਹੁੰਦਾ ਕਿ ਬੈਂਸ ਨੇ ਜੋ ਭਾਸ਼ਾ ਡਿਪਟੀ ਕਮਿਸ਼ਨਰ ਪ੍ਰਤੀ ਵਰਤੀ ਉਹ ਬੇਹੱਦ ਗਲਤ ਸੀ। ਕੋਈ IAS ਅਫਸਰ ਬਹੁਤ ਮਿਹਨਤ ਤੋਂ ਬਾਅਦ ਬਣਦਾ, ਸਾਨੂੰ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ। ਮੈਂ ਨਿੱਜੀ ਤੌਰ ਤੇ ਸਾਰ ਸਿਮਰਜੀਤ ਸਿੰਘ ਬੈਂਸ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਪਿਛਲੇ 12 ਸਾਲਾਂ ਤੋਂ 10 ਸਾਲ ਅਕਾਲੀਆਂ ਦੇ ਤੇ 2 ਸਾਲ ਇਹਨਾਂ ਦੀ ਗੁੰਡਾਗਰਦੀ ਤੋਂ ਅੱਕੇ ਪਏ ਹਨ ਤੇ ਤੁਹਾਡੇ ਵਰਗੇ ਲੋਕਾਂ ਦੇ ਵਿੱਚ ਆਪਣਾ ਤੇ ਪੰਜਾਬ ਦਾ ਭਵਿੱਖ ਵੇਖਦੇ ਹਨ। ਸੋ ਆਪਣੀ ਭਾਸ਼ਾ ਪੰਜਾਬ ਦੀ ਅਗਵਾਈ ਕਰਨ ਵਾਲੀ ਰੱਖੋ, ਨਾ ਕਿ ਲੋਕਾਂ ਨੂੰ ਡਰਾਉਣ ਵਾਲੀ। ਕਿ ਸਲੀਕਾ ਅਦਬ ਕਾ ਬਰਕਰਾਰ ਰੱਖੀਏ ਜਨਾਬ, ਰੰਜਿਸ਼ੇ ਆਪਣੀ ਜਗ੍ਹਾ ਹੈ, ਸਲਾਮ ਆਪਣੀ ਜਗ੍ਹਾ। ਬੈਂਸ ਨੇ ਜੋ ਕੀਤਾ ਸਰਕਾਰ ਨੇ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਕਿ ਭੱਦੀ ਸ਼ਬਦਾਵਲੀ ਤੇ ਸਰਕਾਰੀ ਕੰਮ 'ਚ ਰੁਕਾਵਟ ਪਾਈ। ਸਵਾਲ ਇਹ ਹੈ ਕਿ ਅਫਸਰਾਂ ਵੱਲੋਂ ਹੜਤਾਲ ਵੀ ਤਾਂ ਸਰਕਾਰੀ ਕੰਮ 'ਚ ਰੋਕ ਹੈ, ਉਹਨਾਂ 'ਤੇ ਕਾਰਵਾਈ ਕੌਣ ਕਰੇਗਾ? ਮੈਂ ਤਾਂ ਇਹੋ ਕਹੂੰਗਾ ਕਿ ਹੁਆ ਅਪਹਰਨ ਕਾਨੂੰਨ ਕਾ ਪੂਰੀ ਜਨਤਾ ਮੌਨ, ਕੋਹਰਾ ਥਾਣੇਦਾਰ ਹੈ ਰਪਟ ਲਿਖਾਏ ਕੌਣ। 25 ਬੰਦੇ ਬੇਰਹਿਮੀ ਨਾਲ ਮਾਰੇ ਗਏ, ਉਹਨਾਂ ਲਈ ਕਿਸੇ ਨੇ ਇੱਕ ਘੰਟਾ ਬੰਦ ਦੀ ਕਾਲ ਨਹੀਂ ਦਿੱਤੀ। ਤਕਰਾਰ ਲਈ ਸੰਘਰਸ਼ ਹੋ ਸਕਦਾ, 25 ਬੰਦਿਆਂ ਦੀ ਮੌਤ ਦੇ ਦੋਸ਼ੀ ਲੱਭਣ ਲਈ ਸੰਘਰਸ਼ ਨਹੀਂ ਹੋ ਸਕਦਾ। ਬੈਂਸ ਤੇ ਪਰਚਾ ਝੱਟ ਹੀ ਦੇ ਦਿੱਤਾ ਤੇ 25 ਬੰਦਿਆਂ ਦੀ ਮੌਤ ਲਈ ਦੋਸ਼ੀ ਕੋਈ ਵੀ ਨਹੀਂ, ਸਿਰਫ ਹਮੇਸ਼ਾ ਦੀ ਤਰ੍ਹਾਂ ਜਾਂਚ ਬਿਠਾ ਦਿੱਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਸਿੱਟਾ ਕੁਝ ਵੀ ਨਹੀਂ। ਬੇਅਦਬੀ, ਨਸ਼ਾ, ਗੋਲੀ ਕਾਂਡ, ਜੌੜਾ ਫਾਟਕ ਤੇ ਰੇਤਾ ਤੇ ਇਹੋ ਜਿਹੀਆਂ ਕਈ ਜਾਂਚਾਂ ਦੇ ਨਾਮ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਮੇਸ਼ਾ ਦੋਸ਼ੀਆਂ ਨੂੰ ਬਚਾਇਆ ਜਾਂਦਾ ਰਿਹਾ, ਔਰ ਇਸ ਜਾਂਚ ਦਾ ਵੀ ਇਹੋ ਹੀ ਹਾਲ ਹੋਣਾ ਕਿ ਸਾਰਾ ਪੰਜਾਬ ਕਹਿ ਮਰ ਗਿਆ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ, ਚੋਣਾਂ ਤੋਂ ਪਹਿਲਾਂ ਜਾਂ ਜਦੋਂ ਵੀ ਕੋਈ ਚੋਣ ਪੰਜਾਬ 'ਚ ਹੋਣ ਲੱਗਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਗੱਲ ਨਾਲ ਸਹਿਮਤ ਹੁੰਦੇ ਆ ਕਿ ਬੇਅਦਬੀ, ਨਸ਼ਿਆਂ ਦੇ ਵਿੱਚ ਤੇ ਪੰਜਾਬ ਨੂੰ ਲੁੱਟਣ 'ਚ ਤੇ ਗੋਲੀ ਕਾਂਡ ਦੇ ਵਿੱਚ ਬਾਦਲ ਦੋਸ਼ੀ ਹੈ, ਪਰ ਜਦੋਂ ਆਪਣਾ ਮਤਲਬ ਨਿਕਲ ਜਾਂਦਾ ਫਿਰ ਕੈਪਟਨ ਅਮਰਿੰਦਰ ਸਿੰਘ ਆਪਣੀ ਯਾਰੀ ਪਗਾਉਣ ਲਈ ਇੱਕ ਪਾਸੇ ਹੋ ਜਾਂਦੇ ਆ ਤੇ ਸਾਰਾ ਪੰਜਾਬ ਇੱਕ ਪਾਸੇ। ਫਿਰ ਤੇ ਜਨਤਾ ਤੋਂ ਇਹੋ ਹੀ ਮੂੰਹੋਂ ਨਿਕਲਦਾ ਕਿ ਮਤਲਬ ਨਿਕਲ ਗਿਆ ਤੋਂ ਪਹਿਚਾਨਤੇ ਹੀ ਨਹੀਂ, ਐਸੇ ਜਾ ਰਹੇ ਹਾਂ ਜੈਸੇ ਜਾਣਤੇ ਹੀ ਨਹੀਂ। ਪਰ ਜਿੱਥੇ ਤੁਹਾਡਾ ਨਿੱਜੀ ਇੰਟਰਸਟ ਹੋਵੇ ਉੱਥੇ ਹਾਲਾਤ ਹੀ ਕੁਝ ਹੋਰ ਹੋ ਜਾਂਦੇ ਆ।
ਮਹਾਰਾਣੀ ਪਰਨੀਤ ਕੌਰ ਨਾਲ ਇੱਕ ਡਿਜੀਟਲ ਕਹਿ ਲਓ ਜਾਂ ਈ ਠੱਗੀ ਵੱਜੀ ਤਾਂ ਇੱਕ ਦਿਨ ਦੇ ਵਿੱਚ ਇਨਕੁਆਇਰੀ ਕਰਕੇ ਚਾਰ ਸਟੇਟਸ ਦੂਰ ਜਿਹੜੇ ਬੰਦੇ ਉਹ ਫੜ ਕੇ ਲਿਆਂਦੇ ਤੇ ਪੈਸੇ ਵੀ ਬਰਾਮਦ ਕਰ ਲਏ ਜਾਂਦੇ ਆ ਬੇਅਦਬੀ ਨਸ਼ੇ ਦੇ ਉੱਤੇ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਚੋਂ ਤੁਹਾਡੇ ਚੋਂ ਸੌ ਖਾ ਕੇ ਵੀ ਇੱਕ ਵੀ ਬੰਦਾ ਨਹੀਂ ਫੜਿਆ ਗਿਆ। ਰੇਲ ਹਾਦਸੇ ਦੇ ਵਿੱਚ 100 ਦੇ ਕਰੀਬ ਬੰਦੇ ਮਰੇ, ਇੱਕ ਸਾਲ ਹੋ ਗਿਆ ਤੇ ਦੋਸ਼ੀ ਇੱਕ ਵੀ ਨਹੀਂ ਫੜਿਆ ਗਿਆ ਤੇ ਹੁਣ ਇਹੋ ਹਾਲ ਬਟਾਲਾ 'ਚ ਜਿਹੜੇ 25 ਜਣੇ ਮਰੇ ਆ, ਕਾਰਵਾਈ ਤੋਂ ਤੁਹਾਡੇ ਕੋਲੋਂ ਕਿਸੇ ਅਫਸਰ ਦੇ ਉੱਤੇ ਵੀ ਨਹੀਂ ਹੋਣੀ। ਸੋ ਇਹ ਜਿਹੜਾ ਪਰਚਾ ਵਾ ਮੇਰੇ ਕਹਿਣ ਦੇ ਮੁਤਾਬਕ ਬਾਬੇ ਨਾਨਕ ਦੇ ਉੱਤੇ ਹੀ ਦੇ ਦਿਓ ਕਿ ਤੇਰੇ ਵਿਆਹ 'ਤੇ ਇੰਨਾ ਰਸ਼ ਕਿਉਂ ਸੀਗਾ, ਐਡੀ ਵੱਡੀ ਬਰਾਤ ਕੱਢਣ ਲਈ ਕੀ ਪਰਮਿਸ਼ਨ ਕਿਉਂ ਨਹੀਂ ਲਈ ਗਈ। ਔਰ ਤੁਸੀਂ ਇਹ ਪਰਚਾ ਬਾਬੇ ਨਾਨਕ ਦੇ ਉੱਤੇ ਦੇ ਵੀ ਸਕਦੇ ਹੋ ਕਿਉਂਕਿ ਤੁਸੀਂ ਕਿਸੇ ਕੰਮ ਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਸ ਤੋਂ ਵੱਧ ਨਾਨ ਸੀਰੀਅਸ ਪੁਣਾ ਕੀ ਹੋ ਸਕਦਾ ਕਿ ਜਿਸ ਜ਼ਿਲ੍ਹੇ ਦੇ 25 ਬੰਦੇ ਮਰੇ ਹੋਣ, ਉਸ ਜ਼ਿਲ੍ਹੇ ਦੇ ਮੰਤਰੀ MLA ਇੱਕ ਥਾਂ ਤੇ ਇਕੱਠੇ ਹੋ ਕੇ ਉੱਚੀ ਉੱਚੀ ਦੰਦ ਕੱਢ ਰਹੇ ਹੋਣ ਤੇ ਜਿਸ ਦੀਆਂ ਅਗਲੇ ਦਿਨ ਅਖਬਾਰਾਂ ਵਾਲਿਆਂ ਨੇ ਖਬਰਾਂ ਵੀ ਲਾਈਆਂ ਤੇ ਲਾਹਨਤਾਂ ਵੀ ਪਾਈਆਂ। ਇਹ ਤੇ ਉਹ ਹਾਲਾਤ ਸੀਗੇ ਕਿ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਾਸਾ, ਉਹਨਾਂ ਨੂੰ ਸ਼ਾਇਦ 25 ਬੰਦਿਆਂ ਦੀ ਮੌਤ ਦੇ ਉੱਤੇ ਦੁੱਖ ਘੱਟ, ਪਰ ਇਸ ਬਹਾਨੇ ਕੈਪਟਨ ਅਮਰਿੰਦਰ ਸਿੰਘ ਨਾਲ ਫੋਟੋ ਖਿਚਾਉਣ ਦਾ ਚਾਅ ਜ਼ਿਆਦਾ ਸੀਗਾ ਤੇ ਤੁਹਾਨੂੰ ਸਭ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ ਕਿ ਲਗਾ ਕੇ ਆਗ ਸ਼ਹਿਰ ਕੋ ਬਾਦਸ਼ਾਹ ਨੇ ਕਿਹਾ ਕਿ ਉਠਾ ਹੈ ਦਿਲ ਮੇ ਤਮਾਸ਼ੇ ਕਾ ਸ਼ੌਂਕ ਬਹੁਤ, ਤੋ ਝੁਕਾ ਕੇ ਸਰ ਸਭੀ ਸ਼ਾਹ ਪ੍ਰਸਤ ਬੋਲ ਉੱਠੇ ਕਿ ਹਜ਼ੂਰ ਕਾ ਸ਼ੌਂਕ ਸਲਾਮਤ ਰਹੇ, ਸ਼ਹਿਰ ਔਰ ਵੀ ਬਹੁਤ ਹੈ। ਬਦਕਿਸਮਤੀ ਇਹ ਹੈ ਸੂਬੇ ਦੀ ਕਿ ਆਪੋਜੀਸ਼ਨ ਹੀ ਖਤਮ ਹੋ ਗਈ ਸਾਡੇ ਸੂਬੇ ਦੇ ਵਿੱਚ, 25 ਬੰਦੇ ਮਰੇ ਹੋਣ ਸੂਬੇ 'ਚ। ਉਸ ਜਗ੍ਹਾ ਦੇ ਉੱਤੇ ਨਾ ਸੁਖਬੀਰ ਬਾਦਲ ਆਇਆ, ਨਾ ਆਪ ਵਾਲੇ ਆਏ, ਨਾ ਸੁਖਪਾਲ ਸਿੰਘ ਖਹਿਰਾ ਆਇਆ। ਅਕਾਲੀ ਦਲ ਦੀਆਂ ਚੱਲ ਰਹੀਆਂ ਜਾਂਚਾਂ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਹੀ ਨਹੀਂ, ਉਹ ਕੈਪਟਨ ਨਾਲ ਸਮਝੌਤਾ ਕਰ ਗਏ ਤੇ ਆਪ ਦੇ MLAs ਜਿੰਨੇ ਵੀ ਅਸਤੀਫੇ ਉਹਨਾਂ ਦੇ ਪੈਂਡਿੰਗ ਪਏ ਆ ਸਪੀਕਰ ਦੇ ਕੋਲ, ਜਿਸ ਦਿਨ ਉਹਨੇ ਸਾਰੇ ਪ੍ਰਵਾਨ ਕਰ ਲਏ ਤੇ ਇਹਨਾਂ ਕੋਲੋਂ ਆਪੋਜੀਸ਼ਨ ਦਾ ਅਹੁਦਾ ਵੀ ਖੋਇਆ ਜਾਣਾ। ਸੋ ਸਭ ਘਿਰ ਕੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਆਤਮ ਸਮਰਪਣ ਕਰ ਚੁੱਕੇ ਆ ਤੇ ਦੁੱਖ ਮੈਨੂੰ ਇਸ ਗੱਲ ਦਾ ਵੀ ਬਹੁਤ ਜ਼ਿਆਦਾ ਲੱਗਾ ਕਿ ਖਹਿਰਾ ਸਾਹਿਬ ਤੁਸੀਂ ਆਵਾਜ਼ ਹੋ ਪੰਜਾਬ ਦੀ, 25 ਬੰਦੇ ਮਰੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲੀ, ਪਰ ਬੈਂਸ ਦੇ ਉੱਤੇ ਪਰਚਾ ਦੇਣ ਨਾਲ ਤੁਸੀਂ ਇੱਕਦਮ ਹੀ ਸਰਗਰਮ ਹੋ ਗਏ। ਅੱਗੇ ਆਓ ਗੁਰਦਾਸਪੁਰੀਓ, ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਕਿ ਤੁਸੀਂ ਜਾਖੜ ਵਰਗਾ ਬੰਦਾ ਰਹਾ ਕੇ ਬੜੇ ਚਾਅ ਦੇ ਨਾਲ ਗਦਰ ਫਿਲਮ ਵਾਲਾ ਤਾਰਾ ਤੇ ਦਾਮਨੀ ਫਿਲਮ ਵਾਲਾ ਗੋਵਿੰਦ ਚੁਣਿਆ ਸੀਗਾ, ਜਿਹੜਾ ਫਿਲਮਾਂ 'ਚ ਕਰਦਾ ਸੀਗਾ ਤਰੀਕ ਪੇ ਤਰੀਕ, ਉਹਨੂੰ ਕਹੋ ਕਿ ਇੱਥੇ ਵੀ ਇਨਕੁਆਇਰੀਆਂ ਦੇ ਨਾਂ ਦੇ ਉੱਤੇ ਤਰੀਕ ਪੇ ਤਰੀਕ ਹੀ ਮਿਲ ਰਹੀ ਹੈ। ਸੋ ਪੁੱਟ ਨਲਕਾ ਤੇ ਹੋ ਜਾ ਸਰਕਾਰ ਦੁਆਲੇ ਜਿਸ ਤਰ੍ਹਾਂ ਗਦਰ ਫਿਲਮ 'ਚ ਪੁੱਟਿਆ ਸੀਗਾ। ਸੋ ਇਹੋ ਜਿਹੀਆਂ ਗੱਲਾਂ ਫਿਲਮਾਂ 'ਚ ਹੀ ਚੰਗੀਆਂ ਲੱਗਦੀਆਂ, ਚੰਗੇ ਮਾੜੇ ਬੰਦਿਆਂ ਦੀ ਪਛਾਣ ਰੱਖਿਆ ਕਰੋ। ਸੰਨੀ ਦਿਓਲ ਨੇ ਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਇੱਕ ਪਲਾਟ ਸਮਝਿਆ ਕਿ ਅਗਲੇ ਪਾਸੇ ਉਹ ਪਾਵਰ ਆਫ ਟਾਰਨੀ ਕਰ ਗਿਆ ਕਿਸੇ ਬੰਦੇ ਨੂੰ। ਮੈਂ ਉਹਨੂੰ ਕਹਿੰਦਾ ਕਿ ਜੇ ਆਪਦੇ ਪਿਓ ਦਾ ਸੀਗਾ ਤੇ ਉਸੇ ਬੰਦੇ ਨੂੰ ਖਿਲਾਰਦਾ ਤੇ ਉਹਦਾ ਪ੍ਰਚਾਰ ਕਰਦਾ, ਫਿਰ ਲੋਕ ਵੇਖਦੇ ਉਹਨੂੰ ਵੋਟਾਂ ਪਾਉਂਦੇ ਕਿ ਨਹੀਂ ਪਾਉਂਦੇ, ਤੂੰ ਵੀ ਗੁਰਦਾਸਪੁਰੀਆਂ ਨਾਲ ਧੋਖਾ ਕਰਕੇ ਗਿਆ। ਸੋ ਮੈਂ ਇਹ ਜ਼ਰੂਰ ਕਹੂੰਗਾ ਕਿ 25 ਗਰੀਬ ਮਜ਼ਲੂਮ ਲੋਕਾਂ ਦੀ ਮੌਤ ਦਾ ਇਨਸਾਫ ਲੈਣ ਲਈ ਸਭ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਇੱਕ ਪਲੇਟਫਾਰਮ ਦੇ ਉੱਤੇ, ਤਾਂ ਜੋ ਅੱਗੇ ਤੋਂ ਅਫਸਰ ਇਹੋ ਜਿਹੀਆਂ ਕਤਾਈਆਂ ਤੋਂ ਬਾਜ ਆਉਣ ਤੇ ਇਹੋ ਜਿਹੇ ਹਾਦਸੇ ਨਾ ਹੋਣ। ਕੈਪਟਨ ਸਾਹਿਬ, ਮੈਂ ਤੁਹਾਨੂੰ ਅਖੀਰ 'ਚ ਸਿਰਫ ਇਹ ਕਹਿਣਾ ਤੇ ਪੁੱਛਣਾ ਚਾਹੁੰਦਾ ਕਿ ਲੋਕਾਂ ਨਾਲ ਹਰ ਵਾਅਦਾ ਕਰਕੇ ਤੁਸੀਂ ਹਰ ਵਾਅਦੇ ਤੋਂ ਮੁੱਕਰ ਗਏ ਹੋ ਕਿ ਨੀਂਦ ਆਉਂਦੀ ਹੈ ਰਾਤ ਨੂੰ ਤੁਹਾਨੂੰ? ਇਹ ਦੋ ਲੈਣਾ ਮੈਂ ਤੁਹਾਡੇ ਲਈ ਬੋਲਣ ਲੱਗਾ ਕਿ ਚਲੋ ਛੋੜੋ ਜ਼ਮਾਨੇ ਕੇ ਕਿੱਸੋਂ ਕੋ ਬਤਾਓ ਖੁਦ ਸੇ ਨਜ਼ਰੇ ਮਿਲਾ ਲੇਤੇ ਹੋ ਕਿਆ।